ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਪੰਜਾਬ ਦੇ ਪੁਲਿਸ ਥਾਣਿਆਂ ਦੀ ਚੈਕਿੰਗ ਬਾਰੇ ਚਰਚਾ ਜ਼ੋਰਾਂ ਉੱਤੇ ਹੈ। ਅਕਾਲੀ ਦਲ ਦੇ ਖੇਮੇ ਦੇ ਵਿੱਚ ਇਸ ਨੂੰ ਵੱਡੇ ਪੱਧਰ ਉੱਤੇ ਕਿਸੇ ਪ੍ਰਾਪਤੀ ਦੇ ਤੌਰ ਉੱਤੇ ਪ੍ਰਚਾਰਿਆ ਜਾ ਰਿਹਾ ਹੈ, ਪਰ ਵਿਰੋਧੀਆਂ ਵੱਲੋਂ ਇਸ ਨੂੰ ਸਿਰਫ ਸਿਆਸੀ ਪੈਂਤੜਾ ਕਰਾਰ ਦਿੱਤਾ ਜਾ ਰਿਹਾ ਹੈ। ਉਹ ਸੁਣਦਿਆਂ ਅਕਾਲੀ ਦਲ ਅਤੇ ਕਾਂਗਰਸ ਦੇ ਉਪ ਮੁੱਖ ਮੰਤਰੀ ਦੀ ਚੈਕਿੰਗ ਬਾਰੇ ਕੀ ਵਿਚਾਰ ਨੇ। ਜਿਹੜੀ ਜੇਲ੍ਹਾਂ ਦੀ ਗੱਲ ਹੈ, ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਜਿਨ੍ਹਾਂ ਨੇ ਰਾਤ ਨੂੰ 12 ਵਜੇ ਆਪਦੇ ਘਰੋਂ ਤੁਰ ਕੇ ਚੰਡੀਗੜ੍ਹ ਦੇ ਨੇੜੇ ਲੱਗਦੇ, ਖਾਸ ਕਰ ਸਰਹੰਦ, ਰਾਜਪੁਰਾ, ਪਟਿਆਲਾ ਦੇ ਥਾਣੇ, ਫਤਿਹਗੜ੍ਹ ਸਾਹਿਬ ਦੇ ਥਾਣੇ, ਉਹ ਸਾਰਿਆਂ 'ਤੇ ਰੇਡ ਕੀਤੀ, ਸਾਰੇ ਨਾਕੇ ਚੈੱਕ ਕੀਤੇ, ਇਕੱਲਾ ਇਕੱਲਾ ਰਜਿਸਟਰ ਨਾਲ DGP ਸਾਹਿਬ ਨੂੰ ਨਾਲ ਲੈ ਕੇ ਇਕੱਲਾ ਇਕੱਲਾ ਰਜਿਸਟਰ ਚੈੱਕ ਕੀਤਾ ਵੀ ਕੀ ਉਹ ਬੰਦੇ ਹਾਜ਼ਰੀ ਦੇ ਹੈਗੇ ਨਹੀਂ ਹੈਗੇ, ਨਾਕਿਆਂ ਦੇ ਹੈਗੇ ਨਹੀਂ ਹੈਗੇ। ਸੋ ਇਹ ਬਹੁਤ ਵਧੀਆ ਗੱਲ ਹੈ। ਜੇਲ੍ਹਾਂ 'ਚੋਂ ਮੋਬਾਈਲ ਵੀ ਫੜੇ ਗਏ ਹਨ, ਇਹ ਪਹਿਲਾਂ ਵੀ ਪਤਾ ਹੁੰਦਾ ਆਪਾਂ ਨੂੰ, ਹਮੇਸ਼ਾ ਕੁਛ ਨਾ ਕੁਛ ਕੋਈ ਨਾ ਕੋਈ ਇਹੋ ਜਿਹੀ ਲੀਕੇਜ ਹੋ ਜਾਂਦੀ ਹੈ ਜਿੱਥੇ ਇਹ ਚੀਜ਼ਾਂ ਅੰਦਰ ਪਹੁੰਚ ਜਾਂਦੀਆਂ। ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਸਾਡੀ ਪਾਰਟੀ ਸਖ਼ਤ ਸਜ਼ਾਵਾਂ ਦਊਗੀ, DGP ਸਾਹਿਬ ਸਖ਼ਤ ਸਜ਼ਾ ਦੇਣਗੇ। ਔਰ ਇਸ ਗੱਲ ਨਾਲ ਜਿਹੜੀ ਇਹ ਕੱਲ੍ਹ ਦਾ ਕ੍ਰੈਕਡਾਊਨ ਕੀਤਾ ਖਾਸ ਕਰਕੇ ਪੰਜਾਬ ਪੁਲਿਸ ਨੇ, ਇਸ ਗੱਲ ਨਾਲ ਅੱਗੇ ਤੋਂ ਹਮੇਸ਼ਾ ਲਈ ਰੋਕ ਲੱਗੇਗੀ। ਅਤੇ ਮੈਨੂੰ ਲੱਗਦਾ ਪੰਜਾਬ ਇੱਕ ਬਹੁਤ ਹੀ ਵਧੀਆ, ਜਿੱਥੇ ਵਿਕਾਸ ਦੇ ਨਾਂ 'ਤੇ ਪੰਜਾਬ ਅੱਜ ਇੱਕ ਲਹਿਰ ਚੱਲ ਰਹੀ ਹੈ, ਉੱਥੇ ਜਿਹੜਾ ਪ੍ਰਸ਼ਾਸਨਿਕ ਸੁਧਾਰ ਨੇ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਦੇਖ ਰੇਖ ਦਾ ਬਹੁਤ ਵਧੀਆ ਚੱਲ ਰਹੇ ਨੇ। ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੋ ਹਾਲਾਤ ਅੱਜ ਪੰਜਾਬ ਦੇ ਬਣ ਗਏ ਨੇ, ਉਸ ਦਾ ਜੋ ਵੀ ਅੱਜ ਪੰਜਾਬ ਦੇ ਹਾਲਾਤ ਨੇ ਉਹਦਾ ਮੈਂ ਕਹੂੰਗਾ ਇਸ ਕਾਰਨ ਸਭ ਤੋਂ ਵੱਡਾ ਇਹ ਪੰਜਾਬ ਦੀ ਮੌਜੂਦਾ ਜੋ ਸਰਕਾਰ ਹੈ, ਸਰਕਾਰ ਦੇ ਹੱਥ ਵਿੱਚ ਬਹੁਤ ਕੁਛ ਹੁੰਦਾ ਹੈ। ਜੇ ਇਹ ਆਪਣੇ ਫਰਜ਼ ਪ੍ਰਤੀ ਸੀਰੀਅਸ ਹੁੰਦੇ ਜਾਂ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਆਉਂਦੇ ਤਾਂ ਪੰਜਾਬ ਦੇ ਹਾਲਾਤ ਹੋਣੇ ਨਹੀਂ ਸੀ, ਨਾ ਪੰਜਾਬ ਦੀਆਂ ਜੇਲ੍ਹਾਂ ਭਰਨੀਆਂ ਸੀ, ਨਾ ਪੰਜਾਬ ਦਾ ਨੌਜਵਾਨ ਨਸ਼ੇ ਵੱਲ ਜਾਂਦਾ। ਜੇ ਇਹ ਚੀਜ਼ਾਂ ਹੀ ਅੱਜ ਤੋਂ ਮੇਰੇ ਖਿਆਲ 'ਚ ਇਹਨਾਂ ਨੂੰ ਅੱਜ ਤੋਂ 9 ਸਾਲ ਪਹਿਲਾਂ ਹੀ ਇਹ ਚੀਜ਼ਾਂ ਕਰ ਦੇਣੀਆਂ ਚਾਹੀਦੀਆਂ ਸੀ। ਪ੍ਰਸ਼ਾਸਨ ਤਾਂ ਸਰਕਾਰ ਦੇ ਅੰਡਰ ਹੁੰਦਾ ਵੀ ਜੇ ਇਹ ਚਾਹੁੰਦੇ ਇਹ ਪੁਲਿਸ ਨੂੰ ਆਪਣੇ ਹਿਸਾਬ ਨਾਲ, ਪੁਲਿਸ ਸਭ ਕੁਛ ਕਰ ਸਕਦੀ ਹੈ, ਪਰ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਅਤੇ ਉਹ ਕੁਛ ਕਰਾਉਣਾ ਚਾਹੁੰਦੀ ਹੋਵੇ ਪੁਲਿਸ ਵੀ ਤਾਂ ਕਰੂਗੀ ਨਾ।